सत श्री अकाल जी सारिआं नूं, थैंक यू सो मच चल मेरा पुत टू नूं इन्ना ज़्यादा प्यार देण लई। असीं अज सरप्राइज़ विजिट कीता सी कैलगरी, ते बहुत वधिया लग्गिया तुहानूं सारिआं नूं मिल के। थैंक यू सो मच। सताई अगस्त नूं रिलीज़ हुई पंजाबी फिल्म चल मेरा पुत टू देश विदेश विच सफलता दे झंडे गढ़ रही है। अमरिंदर गिल, सिमी चहल अते होर कलाकारां नाल सजी ये फिल्म सिनेमा प्रेमियां नूं हर पक्ष तों पसंद आ रही है। प्रवास दे दर्द दी बा कमाल पेशकारी अते कमेडी कारण फिल्म प्रवासियां दे धुर अंदर तक उतरन दे विच पूरी तरह सफल रही है। दसणयोग है कि चल मेरा पुत पार्ट वन की जबरदस्त कामयाबी तो बाद चल मेरा पुत टू पिछले साल रिलीज़ की गई सी, पर कोविड-19 कारण फिल्म नू जल्दी ही सिनेमा घरां चों हटाउणा पै गया सी। कैलगरी विच पंजाबी नैशनल मेले विच शिरकत करन ते फिल्म दी नायिका सिमी चहल कैलगरी विच दर्शकां दे रूबरू होई, जिथे दर्शकां ने उन्हां नाल तस्वीरां खिचा के फिल्म देखण दा अपना चा दुगणा कर लिया। पेशा इस बारे रंजीत सिद्धू दी रिपोर्ट। ਅਸੀਂ ਅੱਜ ਮੂਵੀ ਦੇਖਣ ਆਏ ਸੀ ਚੱਲ ਮੇਰਾ ਪੁੱਤ ਟੂ, ਵੈਰੀ ਨਾਈਸ ਮੂਵੀ, ਅਤੇ ਸਿਮੀ ਡਿਡ ਅ ਰੀਅਲੀ ਗੁੱਡ ਜੋਬ ਇਨ ਦਿਸ ਮੂਵੀ, ਬਹੁਤ ਨਾਈਸ ਮੂਵੀ ਬਣਾਈ ਆ। ਟੋਪਿਕ ਬਹੁਤ ਸੋਹਣਾ ਸੀ ਅਤੇ ਮੈਸੇਜ ਵੀ ਬਹੁਤ ਮਿਲਦਾ ਅਤੇ ਹੱਸਣ ਨੂੰ ਵੀ ਬਹੁਤ ਮਿਲਦਾ ਹੈ। ਰੀਅਲੀ ਗੁੱਡ ਜੋਬ ਸਿਮੀ, ਥੈਂਕ ਯੂ। ਮੈਂ ਕੋਵਿਡ ਤੋਂ ਬਾਅਦ ਪਹਿਲੀ ਵਾਰ ਇੱਥੇ ਆਇਆ ਮੂਵੀ ਥੀਏਟਰ ਜਦੋਂ ਦੇ ਓਪਨ ਹੋਇਆ। ਮੂਵੀ ਬਹੁਤ ਹੀ ਵਧੀਆ ਲੱਗੀ, ਬਹੁਤ ਸਭ ਦੀ ਐਕਟਿੰਗ ਬਹੁਤ ਵਧੀਆ ਸੀ ਅਤੇ ਸਾਰੇ ਕਰੈਕਟਰ ਨੇ ਆਪਣਾ ਰੋਲ ਖੂਬ ਪਲੇ ਕੀਤਾ, ਬਹੁਤ ਵਧੀਆ। ਮੈਂ ਸਾਰਿਆਂ ਨੂੰ ਕਹਿੰਦਾ ਕਿ ਜਦੋਂ ਪਾਰਟ 3 ਆਊਗਾ ਸਾਰੇ ਦੇਖਣ ਆਉਣ, ਬਹੁਤ ਵਧੀਆ ਮੂਵੀ ਹੈ। ਮੈਂ ਅਮਰਿੰਦਰ ਗਿੱਲ ਬਾਈ ਦਾ ਬਹੁਤ ਡਾਈ ਹਾਰਡ ਫੈਨ ਹਾਂ। ਉਹਨਾਂ ਦੀ ਐਲਬਮ ਆਈ ਹੈ ਰੀਸੈਂਟਲੀ, ਉਹ ਵੀ ਬੜੀ ਘੈਂਟ ਆ, ਅਤੇ ਮੈਂ ਮੂਵੀ ਕੋਈ ਵੀ ਨਹੀਂ ਮਿਸ ਕਰਦਾ ਉਹਨਾਂ ਦੀ, ਸਾਰੀਆਂ ਘੈਂਟ ਹੁੰਦੀਆਂ। ਆਵਲੀ ਤਾਂ ਸਪੈਸ਼ਲੀ ਬਹੁਤ ਘੈਂਟ ਬਣਾਈ ਹੈ, ਸਾਰਿਆਂ ਨਾਲੋਂ ਬੜੀ ਆਤੀ ਹੈ ਗੱਲ। ਥੈਂਕ ਯੂ। ਸਾਰਿਆਂ ਨਾਲੋਂ ਭਾਵੁਕ ਸੀਨ ਤਾਂ ਉਹੀ ਸੀ ਜਿਹੜਾ ਤਿਉਹਾਰ ਦਿਖਾਤਾ, ਦੀਵਾਲੀ ਦਾ ਤਿਉਹਾਰ। ਹੁਣ ਸਾਰੇ ਆਪਾਂ ਜਿਵੇਂ ਇੱਥੇ ਆਈ, ਸਾਰਿਆਂ ਨਾਲੋਂ ਵੱਧ ਮਿਸ ਪੰਜਾਬ ਨੂੰ ਉਦੋਂ ਹੀ ਕਰਦੇ ਹਾਂ ਜਦੋਂ ਦੀਵਾਲੀ ਆਉਂਦੀ ਹੈ ਜੀ, ਕਿਉਂਕਿ ਤੁਹਾਨੂੰ ਪਤਾ ਹੀ ਕਿੰਨਾ ਰੌਣਕ ਵਾਲਾ ਦਿਨ ਹੁੰਦਾ ਉੱਥੇ, ਅਤੇ ਇੱਥੇ ਉਹ ਗੱਲ ਬਣਦੀ ਨਹੀਂ, ਜਿਵੇਂ ਈਵਨ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਪਰ ਯਾਰ ਸਾਨੂੰ ਭਾਵੁਕ ਉਹੀ ਸੀ ਸੀਨ। ਅਸੀਂ ਅੱਜ ਚੱਲ ਮੇਰਾ ਪੁੱਤ ਟੂ ਮੂਵੀ ਦੇਖਣ ਆਏ ਸੀ ਅਤੇ ਮੂਵੀ ਸਾਨੂੰ ਬਹੁਤ ਵਧੀਆ ਲੱਗੀ। ਜਿਹੜੀ ਐਕਟਿੰਗ ਸੀ ਸਿਮੀ ਚਾਲ, ਸਾਰੇ ਐਕਟਰਾਂ ਦੀ, ਜਿਹੜੇ ਕੋ ਐਕਟਰ ਸੀਗੇ ਆਪਣੇ ਪਾਕਿਸਤਾਨੀ ਐਕਟਰ ਸੀ, ਸਾਰਿਆਂ ਨੇ ਲਾਈਕ ਨੇਲਡ ਇਟ, ਲਾਈਕ ਰੀਅਲੀ ਔਸਮ ਮੂਵੀ, ਆਈ ਲਵ ਇਟ। ਬਹੁਤ ਵਧੀਆ ਲੱਗੀ ਜੀ, ਬਹੁਤ ਹੀ ਸੋਹਣੀ ਲੱਗੀ ਹੈ, ਅਤੇ ਸੁਣਿਆ ਕਿ ਪਾਰਟ 3 ਵੀ ਆ ਰਹੀ ਆ। ਸਾਡੀ ਫੈਮਿਲੀ ਸਮੇਤ ਅਸੀਂ ਆਏ ਅਤੇ ਬਹੁਤ ਹੀ ਵਧੀਆ ਲੱਗੀ, ਬਹੁਤ ਇੰਜੋਏ ਕੀਤਾ। ਕੋਵਿਡ ਤੋਂ ਬਾਅਦ ਪਹਿਲੀ ਵਾਰ ਥੀਏਟਰ 'ਚ ਆਏ ਜੀ। ਥੈਂਕ ਯੂ ਜੀ। ਪਾਰਟ 3 ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ ਜੀ। ਅਸੀਂ ਪਾਰਟ 2 ਨੂੰ ਫੁੱਲ ਇੰਜੋਏ ਕੀਤਾ ਜੀ, ਬਹੁਤ ਸੋਹਣੀ ਮੂਵੀ ਸੀਗੀ। ਇਹ ਇੱਕ ਹਰੇਕ ਬੰਦਾ ਆਪਦੇ 'ਤੇ ਲੈ ਕੇ ਮੂਵੀ ਵੇਖ ਰਿਹਾ ਵੀ ਹਰੇਕ ਜੋ ਇਨਸਾਨ ਬਾਹਰਲੀਆਂ ਕੰਟਰੀਆਂ 'ਚ ਆਉਂਦਾ, ਜਿਹਦੇ ਵੀ ਤਰੀਕੇ ਨਾਲ ਆਉਂਦਾ ਹੈ ਨਾ, ਉਹ ਆਪਦੇ 'ਤੇ ਲੈ ਕੇ ਸੋਚਦਾ, ਕਿਉਂਕਿ ਉਹਦਾ PR ਤੱਕ ਦਾ ਸਟਰਗਲ ਕੋਈ 2-4 ਸਾਲ 10 ਸਾਲ ਲੱਗ ਜਾਂਦੇ ਆ। ਬਹੁਤ ਹੀ ਸੋਹਣੀ ਮੂਵੀ ਬਣਾਈ ਹੈ ਜੀ, ਅਸੀਂ ਪਾਰਟ 3 ਦਾ ਇੰਤਜ਼ਾਰ ਕਰ ਰਹੇ ਹਾਂ ਜੀ। ਅਸੀਂ ਯਾਨੀ ਕਿ ਪੂਰੇ ਪਰਿਵਾਰ ਨਾਲ ਇਸ ਲਈ ਆਏ ਕਿਉਂਕਿ ਪਹਿਲੀ ਮੂਵੀ ਵੇਖ ਕੇ ਗਏ ਸੀਗੇ ਹੈ ਨਾ, ਅਤੇ ਉਹਦੇ ਵਿੱਚ ਵੀ ਆਪਣੇ ਪਰਿਵਾਰਕ ਰਿਸ਼ਤਿਆਂ ਬਾਰੇ, ਅਤੇ ਜਿਵੇਂ ਜਿਵੇਂ ਵੀ ਮਤਲਬ ਸਮਝ ਲਓ ਵੀ ਬਾਹਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਉਹਦੇ ਬਾਰੇ ਦੱਸਿਆ ਸੀ ਹੈ ਨਾ। ਉਸੇ ਮੂਵੀ ਨੇ ਸਾਨੂੰ ਮੋਟੀਵੇਟ ਕੀਤਾ ਇਹ ਵੇਖਣ ਲਈ, ਅਤੇ ਇਹ ਉਸ ਤੋਂ ਵੀ ਯਾਨੀ ਕਿ ਬਹੁਤ ਸ਼ਾਨਦਾਰ ਸੀਗੀ ਜੀ। ਸੋ ਮੂਵੀ 'ਚ ਕਾਮੇਡੀ ਤਾਂ ਸੀਗੇ, ਬਟ ਲਾਈਕ ਇੱਕ ਚੀਜ਼ ਜੋ ਸਭ ਤੋਂ ਵੱਡੀ ਚੀਜ਼, ਜੋ ਇੱਕ ਇਮੀਗ੍ਰੈਂਟ ਦਾ ਸਟਰਗਲ ਦੱਸਿਆ ਗਿਆ ਇਹਦੇ ਵਿੱਚ, ਐਂਡ ਇਟਸ ਅ ਵੈਰੀ ਗੁੱਡ ਮੂਵੀ ਕਿ ਤੁਹਾਨੂੰ ਇੱਕ ਤਾਂ ਫਲੈਸ਼ਬੈਕ 'ਚ ਲੈ ਜਾਂਦੀ ਹਰੇਕ ਬੰਦੇ ਨੂੰ ਕਿ ਹਾਂ ਹਰੇਕ ਨੂੰ ਪਤਾ ਕਿ ਇਹਦੀ ਫੈਮਿਲੀ ਪਿੱਛੇ ਹੈ ਸਾਰਾ ਕੁਛ, ਐਂਡ ਇਟਸ ਵੈਰੀ ਗੁੱਡ ਮੂਵੀ। ਸਤਿ ਸ਼੍ਰੀ ਅਕਾਲ ਸਾਰੇ ਕੈਲਗਰੀ ਵਾਸੀਆਂ ਨੂੰ, ਕੈਨੇਡਾ ਵਾਸੀਆਂ ਨੂੰ ਅਤੇ ਦੁਨੀਆ ਭਰ ਵਿੱਚ ਵਾਸਤੇ ਪੰਜਾਬੀਆਂ ਨੂੰ। ਚੱਲ ਮੇਰਾ ਪੁੱਤ 2 ਨੂੰ ਤੁਸੀਂ ਬਹੁਤ ਭਰਪੂਰ ਸਹਿਯੋਗ ਦਿੱਤਾ ਹੈ ਸਾਰੀ ਟੀਮ ਵੱਲੋਂ, ਰਿਦਮ ਬੋਇਜ਼ ਵੱਲੋਂ, ਆਪ ਦਾ ਬਹੁਤ ਬਹੁਤ ਧੰਨਵਾਦ। 1 ਅਕਤੂਬਰ ਨੂੰ ਚੱਲ ਮੇਰਾ ਪੁੱਤ 3 ਵੀ ਆ ਰਹੀ ਹੈ, ਅਤੇ ਚੱਲ ਮੇਰਾ ਪੁੱਤ 2 ਹਜੇ ਕਈ ਹਫ਼ਤੇ ਜਿਹੜੀ ਹੈ ਥੀਏਟਰਸ ਵਿੱਚ ਲੱਗੀ ਰਹੇਗੀ। ਦੇਖਦੇ ਰਹੋ ਚੱਲ ਮੇਰਾ ਪੁੱਤ 2। ਥੈਂਕ ਯੂ ਜੀ।